की विरोध है जो थोड़े इतने पिंड दसा रहे बोली है पर सारा पिंड थोड़ा बोली रोक ये सरासर जिमीदारा नाल धक्का किया जा रहा है। साड़ी बेनती प्रशासन को यह आ कि तुसी बोली कर रहे हो कम से कम किसी को कोई नोटिस तो मिले। कोर्ट केस जिहड़ियां जमीनां दे चल रहे ने उन्हां नूं कोर्ट की वेट तक की जाए कि कोर्ट की फैसला दे रही है। देखो जिहड़े लोगों ने जमीनां आबाद कीतियां बंजर पईयां जमीनां आबाद कीतियां ते अज जदों आबाद हो गईयां ते उन्हां नाले धक्का किया जा रहा ते तुसी पिंड च आओ प्रशासन नूं नाल लो पुलिस नाल लो ते आके उहदी धक्के नाल बोली कराओ ते उह जमीन तों धक्के नाल तुसी उहदा कब्जा लै लो जी। असीं इस धक्के का डट के विरोध करांगे कायदे ते कानून च रह के करांगे ते साडी गल प्रशासन जिन्ना चिर नहीं सुनूगा असी ये अपनी मंग नूं ये नहीं कि इस जगह जिथे भी कि किसी जिमीदार नाल धक्का हो रहा होगा असी हर जगह पर जाके विरोध करांगे। बोली दी कैंसल होने का कारण की बनया क्योंकि महकमा पूरा आया सी तुहाडा चकोतेदार मौके पर हाजिर नहीं है जिन्हां नूं असी बोली ते जमीन दे सकीए ਤਾਂ ਉਹਦੇ ਕਰਕੇ ਸਾਨੂੰ ਕੈਂਸਲ ਕਰਨੀ ਪਈ ਹੈ। ਅਸੀਂ ਤਾਂ ਕਹਿਣਾ ਕਿ ਸਾਡਾ ਹਾਈ ਕੋਰਟ ਕੇਸ ਚੱਲਦਾ ਹੈ ਮਸਤਰਕਾ ਜ਼ਮੀਨ ਸਾਡੀ ਅਸੀਂ ਬਾਈ ਯੋਗ ਬਣਾਈ ਸਾਡੇ ਬਜ਼ੁਰਗਾਂ ਨੇ ਪਰ ਉਸਦੇ ਬਾਅਦ ਸਾਡੇ ਨਾਲ ਪ੍ਰਸ਼ਾਸਨ ਤੇ ਸਰਕਾਰ ਧੱਕਾ ਕਰ ਰਹੀ ਹੈ। ਇਹ ਆਲਰੇਡੀ ਕੋਰਟ 'ਚ ਕੇਸ ਹੈਗਾ ਇਹਨਾਂ ਨੂੰ ਐਂਪਲ ਓਪਰਚੁਨਿਟੀ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਹੁਣ ਵੀ ਦੇ ਰਹੇ ਹਾਂ ਜੇ ਕੋਰਟ ਸਟੇਅ ਕਰ ਦਿੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਫਿਰ ਅਸੀਂ ਰੁਕ ਜਾਾਂਗੇ ਉੱਥੇ ਹੀ। ਦੂਜਾ ਜਿਹੜੇ ਜਿਨ੍ਹਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਤੁਸੀਂ ਕਹਿ ਰਹੇ ਹੋ ਤਾਂ ਉਹਨਾਂ ਨੂੰ ਕੋਈ ਨੋਟਿਸ ਜਾਂ ਅਖਬਾਰ ਦੇ ਵਿੱਚ ਇਸਤਾਰ ਦਿੱਤਾ ਗਿਆ ਜੀ? ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਕਬਜ਼ੇ ਹੁਣ ਤੱਕ ਛੁਡਵਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋਈ ਹੈ। ਦੂਜੇ ਪਾਸੇ ਦੱਸ ਦਿੰਦੇ ਹਾਂ ਕਿ ਪਿਛਲੇ ਦਿਨੀ ਪਿੰਡ ਕੰਸਾਲਾ ਦੇ ਵਿੱਚ ਕਾਫੀ ਏਕੜ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਛੁਡਵਾਈ ਗਈ ਸੀ ਉਸ ਤੋਂ ਬਾਅਦ ਅੱਜ ਬੋਲੀ ਰੱਖੀ ਗਈ ਹੈ। ਇਸ ਨੂੰ ਲੈ ਕੇ ਪਿੰਡ ਨਿਵਾਸੀ ਅਤੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹ ਵਿਰੋਧ ਦੇ ਵਿੱਚ ਆ ਗਈਆਂ ਨੇ ਕਿ ਅਸੀਂ ਬੋਲੀ ਨਹੀਂ ਹੋਣ ਦੇਣੀ ਤਾਂ ਇਸ ਨੂੰ ਲੈ ਕੇ ਮਹਿਕਮਾ ਵੀ ਆਇਆ ਹੋਇਆ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪੁਲਿਸ ਡਿਪਾਰਟਮੈਂਟ ਵੀ ਜਿਹੜਾ ਪੁਲਿਸ ਪ੍ਰੋਟੈਕਸ਼ਨ ਵਾਸਤੇ ਆਇਆ ਕਿ ਕੋਈ ਸਥਿਤੀ ਤਣਾਅਪੂਰ ਨਾ ਹੋਵੇ ਇਸ ਨੂੰ ਲੈ ਕੇ ਮੌਕੇ ਤੁਹਾਨੂੰ ਦਿਖਾ ਦਿੰਦੇ ਹਾਂ। ਮਾਜਰੀ ਥਾਣਾ ਤੋਂ SHO ਹਿੰਮਤ ਸਿੰਘ, ਮੁੱਲਾਪੁਰ ਥਾਣੇ ਤੋਂ ਸਿਮਰਜੀਤ ਸਿੰਘ ਜਿਹੜੇ SHO ਨੇ ਉਹ ਨੇ ਅਤੇ DSP ਸਾਹਿਬ ਅਮਰਪ੍ਰੀਤ ਸਿੰਘ ਉਹ ਵੀ ਪਹੁੰਚੇ ਹੋਏ ਨੇ। ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ। BDPO ਜਿਹੜੇ ਬਲਾਕ ਮਾਜਰੀ ਤੋਂ ਪਹੁੰਚੇ ਹੋਏ ਨੇ ਪੰਚਾਇਤ ਅਫਸਰ ਨੇ ਤਾਂ ਜਿਹੜੀ ਬੋਲੀ ਕਰਵਾਉਣ ਲੱਗੇ ਸੀ ਉਸ ਤੋਂ ਬਾਅਦ ਹੁਣ ਜਿਹੜਾ ਕਿਸਾਨ ਜਥੇਬੰਦੀਆਂ ਅਤੇ ਨਾਲ ਪਿੰਡ ਨਿਵਾਸੀ ਇੱਥੇ ਪਹੁੰਚੇ ਹੋਏ ਨੇ ਉਹ ਕਹਿੰਦੇ ਕਿ ਸਾਡਾ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਕਿ ਉਸਦੇ ਬਾਵਜੂਦ ਵੀ ਬੋਲੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਅਤੇ ਨਾਲੇ ਪਿੰਡ ਦੇ ਜਿਹੜੇ ਨਿਵਾਸੀ ਨੇ ਕਿ ਅਸੀਂ ਬੋਲੀ ਨਹੀਂ ਹੋਣ ਦੇਣੀ। ਪਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕਿ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਕਿ ਅੱਜ ਅਸੀਂ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਕਰਾਉਣੀ ਹੈ ਪਰ ਪਿੰਡ ਵਾਸੀ ਕਹਿ ਰਹੇ ਨੇ ਮਸਤਰਕਾ ਜ਼ਮੀਨ ਹੈ ਕਿ ਅਸੀਂ ਪੱਧਰਾ ਕਰਕੇ ਕਾਫੀ ਬਜ਼ੁਰਗਾਂ ਨੇ ਸਾਡੇ ਨਾਲ ਜ਼ਮੀਨ ਵਾਹਣ ਯੋਗ ਕੀਤੀ ਹੈ ਪਰ ਹੁਣ ਜਿਹੜਾ ਲਗਾਤਾਰ ਪ੍ਰਸ਼ਾਸਨ ਅਤੇ ਨਾਲ ਦੀ ਨਾਲ ਸਰਕਾਰ ਧੱਕਾ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੱਲਬਾਤ ਵੀ ਕਰ ਲੈਂਦੇ ਹਾਂ ਬਾਈ ਸਾਡੇ ਨਾਲ ਨੇ। ਬਾਈ ਕੀ ਵਿਰੋਧ ਹੈ ਜੇ ਤੁਹਾਡੇ ਇੱਥੇ ਪਿੰਡ 'ਚ ਦੱਸਿਆ ਰਿਹਾ ਬੋਲੀ ਹੈ ਪਰ ਸਾਰਾ ਪਿੰਡ ਤੁਹਾਡਾ ਬੋਲੀ ਰੋਕਣ ਆ ਰਿਹਾ? ਇਹ ਬਾਈ ਜੀ ਅਸਲ 'ਚ ਕੀ ਆ ਜੀ ਇਹ ਸਰਾਸਰ ਜ਼ਿਮੀਂਦਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਜੀ। ਸਾਡੀ ਬੇਨਤੀ ਪ੍ਰਸ਼ਾਸਨ ਨੂੰ ਇਹ ਆ ਕਿ ਤੁਸੀਂ ਬੋਲੀ ਕਰ ਰਹੇ ਹੋ ਕਮ ਸੇ ਕਮ ਕਿਸੇ ਨੂੰ ਕੋਈ ਨੋਟਿਸ ਤਾਂ ਮਿਲੇ, ਕਮ ਸੇ ਕਮ ਇਹ ਤਾਂ ਦੇਖਿਆ ਜਾਵੇ ਕਿ ਕੋਰਟ ਕੇਸ ਜਿਹੜੀਆਂ ਜ਼ਮੀਨਾਂ ਦੇ ਚੱਲ ਰਹੇ ਨੇ ਉਹਨਾਂ ਨੂੰ ਕੋਰਟ ਦੀ ਵੇਟ ਤਾਂ ਕੀਤੀ ਜਾਵੇ ਕਿ ਕੋਰਟ ਕੀ ਫੈਸਲਾ ਦੇ ਰਹੀ ਹੈ। ਹੁਣ ਤੁਸੀਂ ਦੇਖੋ ਜਿਹੜੇ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਬੰਜਰ ਪਈਆਂ ਜ਼ਮੀਨਾਂ ਆਬਾਦ ਕੀਤੀਆਂ ਅਤੇ ਅੱਜ ਜਦੋਂ ਆਬਾਦ ਹੋ ਗਈਆਂ ਅਤੇ ਉਹਨਾਂ ਨਾਲੇ ਧੱਕਾ ਕੀਤਾ ਜਾ ਰਿਹਾ ਅਤੇ ਤੁਸੀਂ ਪਿੰਡ 'ਚ ਆਓ ਪ੍ਰਸ਼ਾਸਨ ਨੂੰ ਨਾਲ ਲਓ ਪੁਲਿਸ ਨਾਲ ਲਓ ਅਤੇ ਆ ਕੇ ਉਹਦੀ ਧੱਕੇ ਨਾਲ ਬੋਲੀ ਕਰਾਓ ਅਤੇ ਉਹ ਜ਼ਮੀਨ ਤੋਂ ਧੱਕੇ ਨਾਲ ਤੁਸੀਂ ਉਹਦਾ ਕਬਜ਼ਾ ਲੈ ਲਓ ਜੀ। ਇਹ ਸਰਾਸਰ ਇੱਕ ਜ਼ਿਮੀਂਦਾਰਾਂ ਨਾਲ ਧੱਕਾ ਹੋ ਰਿਹਾ ਜੀ। ਅਸੀਂ ਇਸ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ ਕਾਇਦੇ ਅਤੇ ਕਾਨੂੰਨ 'ਚ ਰਹਿ ਕੇ ਕਰਾਂਗੇ ਅਤੇ ਸਾਡੀ ਗੱਲ ਪ੍ਰਸ਼ਾਸਨ ਜਿੰਨਾ ਚਿਰ ਨਹੀਂ ਸੁਣੂਗਾ ਅਸੀਂ ਇਹ ਆਪਣੀ ਮੰਗ ਨੂੰ ਇਹ ਨਹੀਂ ਕਿ ਇਸੇ ਜਗ੍ਹਾ ਜਿੱਥੇ ਵੀ ਕਿਤੇ ਕਿਸੇ ਜ਼ਿਮੀਂਦਾਰ ਨਾਲ ਧੱਕਾ ਹੋ ਰਿਹਾ ਹੋਊਗਾ ਅਸੀਂ ਹਰ ਜਗ੍ਹਾ 'ਤੇ ਜਾ ਕੇ ਵਿਰੋਧ ਕਰਾਂਗੇ ਇਸ ਗੱਲ ਦਾ। ਬੋਲੀ ਦਾ ਕੋਈ ਇਸ਼ਤਿਹਾਰ ਅਖਬਾਰ ਦੇ ਵਿੱਚ ਜਾਂ ਚੌਂਕੀਦਾਰ ਰਾਹੀਂ ਤੁਹਾਡੇ ਪਿੰਡ ਨੂੰ ਕੋਈ ਐਲਾਨ ਕੀਤਾ ਕਿ ਭਾਈ ਬੋਲੀ ਇਸ ਤਰੀਕ ਨੂੰ ਹੋਣੀ? ਇਹਦਾ ਜੀ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਜ਼ਿਮੀਂਦਾਰਾਂ ਨੂੰ ਇਹਦਾ ਕਿਸੇ ਵੀ ਜਿਵੇਂ ਕਹਿ ਦਈਏ ਵੀ ਸਰਕਾਰੀ ਜਾਂ ਆਪਣੇ ਚੌਂਕੀਦਾਰ ਥਰੂ ਜਾਂ BDO ਦਫ਼ਤਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਕਿ ਭਾਈ ਤੁਹਾਡੇ ਪਿੰਡ ਦੀ ਅਸੀਂ ਬੋਲੀ ਕਰਨ ਲੱਗੇ ਹਾਂ ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ। ਕਮ ਸੇ ਕਮ ਸਾਡਾ ਪੱਖ ਤਾਂ ਸੁਣਿਆ ਜਾਵੇ ਦੂਜੀ ਧਿਰ ਦਾ ਅਤੇ ਉਹ ਵੀ ਨਹੀਂ ਸੁਣਿਆ ਜਾ ਰਿਹਾ। ਬਿਲਕੁਲ
पिंड दे जिहड़े पिछले दिनी इत्थे 96 एकड़ जिहड़ी जमीन सी ओह छुड़वाई गई सी दस्सिया जा रिहा ओह नहीं छुड़वाई गई ओह सारा झूठ है जी। इन्हां ने सिर्फ जिहड़ी जमीन पहलां तों ही पई सी ओहनूं ओहदे च ट्रैक्टर घुमा के एक इश्तिहार छपाता जी असीं 96 किलियां दा 92 दा कब्जा लिया गया, जदके जिहड़े 92 किलियां दी गल कर रहे ने ओह च तां फसल खड़ी आ सारी ओहदे च देखो तुसीं इन्हां ने किन्नी किन्नी घटिया गल कीती। आ एक फालतू जगह जिहड़ी बिना ओहदे तों पई आ ओहदे च ट्रैक्टर फेरिया फोटोआं खिचाईआं फोटोआं खिचा के ओह इश्तिहार अखबार च दित्ते जी असीं 92 किलियां दा कब्जा लिया। जे कोई बल होगा भी असीं कहने चाहे कोई बल हैगा भी ओहदे कोल वध आ ओहदे कोल घट आ, बट इह तां देखिआ जावे कि ओहदे हक च कुछ है। इह तां ना देखो भी जे किसे कोई कोई बाहरला पार्टी आ तां इह धक्के नाले दब्बी बैठा किते, नहीं ऐ थोड़ी हुंदा हुंदा जी। डेढ़ किला डेढ़ किले तो उपर कोई नी, कोई बल नी इत्थे, कोई कुछ नी है, कोई पुलिस अफसर नी। साड़ी मालकां दी मुस्तरका जमीन पई है, ये एक्ट दस रहा है कार्ड दा भी ये बुरजी बरामदी हुंदी थी, नदी कदे 10 किले पर चलती थी कदे इधर, ये 100 साल तो साडा कब्जा है, किसे सरकार ने छड़ाया नहीं। ये सरकार है जिहड़ी इन्नी निकम्मी सरकार है असी कुछ इहदा कह नहीं सकते, जिहड़ी गरीबां ते झाड़ू फेरन ते तुरी है, गरीबां ते झाड़ू फेर रही है। ये अफसरां नूं मोहरा बना के मूहरा ला के भी कब्जे छड़ाओ, ये सिर्फ केजरीवाल दे कहने ते चल रही है सरकार। असीं इहदा विरोध करूंगे, चाहे कुछ भी हो जाए कब्जा असीं नहीं दूंगे। असीं उदण भी बिना नोट्स तो बोली करी, अज भी ये बिना नोट्स तो आ रहे हैं इत्थे, एक एडमिनिस्ट्रेशन ला के बोली करन आ रहे हैं। सानूं हुण भी किसे आम लोगों को पता लगे भी बोली है बोली है। ਤੁਹਾਡਾ ਹੁਣ ਕੀ ਵਿਰੋਧ ਅੱਗੇ ਫਿਰ ਅਗਰ ਇਹ ਬੋਲੀ ਕਰਦੇ ਰੋਕਿਆ ਜਾਵੇ? ਸਾਡਾ ਵਿਰੋਧ ਇਹੀ ਆ ਕਿ ਇਹ ਬੋਲੀ ਰੋਕੀ ਜਾਵੇ ਤੇ ਸਾਡਾ ਪੱਖ ਸੁਣਿਆ ਜਾਵੇ, ਤੇ ਜਿੰਨਾ ਚਿਰ ਕੋਈ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੋਈ ਵੀ ਜ਼ੋਰ ਜ਼ਬਰਦਸਤੀ ਨਾਲ ਇਹ ਜ਼ਮੀਨ ਨੂੰ ਆਮ ਲੋਕਾਂ ਤੋਂ ਨਾ ਖੋਇਆ ਜਾਵੇ। ਸਾਡੀ ਬੇਨਤੀ ਸਿਰਫ ਤੇ ਸਿਰਫ ਸਰਕਾਰ ਨੂੰ ਪ੍ਰਸ਼ਾਸਨ ਨੂੰ, ਖਾਸ ਕਰਕੇ ਤਾਂ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਗਰੀਬਾਂ ਨਾਲ ਧੱਕਾ ਨਾ ਕੀਤਾ ਜਾਵੇ। ਜੇ ਧੱਕਾ ਹੋਊਗਾ ਤੇ ਫਿਰ ਅਸੀਂ ਆਪਣਾ विरोध करांगे, डट के करांगे, किसी भी हाल च असीं ये जमीन नहीं लैके जाण दवांगे। ठीक है, बिल्कुल तुसीं देख पहला भी के 5 साल पहला आए थे बोली करना, उस टाइम डायरेक्टर दी स्टे थी DDPO BDO पंचायत सर तहसीलदार उन्हां ते कंडक्ट चल रही है हाई कोर्ट, उस 5 साल दे भी जवाब नहीं दित्ता। कुदरती करोना आ गया, तरीकां पई गईआं, अजे भी उहदा जवाब नहीं दे रहा महकमा। ਇਹ ਮੁਸਤਰਕਾ ਮਾਲਕਾਂ ਨਾ ਪੰਚਾਇਤ ਦੀ ਹੈ ਹੀ ਨਹੀਂ, ਇਹ ਬੁਰਜੀ ਬਰਾਮਦੀ ਹੈ, ਕਦੇ ਵੀ ਪੰਚਾਇਤ ਦੀ ਨਹੀਂ ਹੋ ਸਕਦੀ, ਐਕਟ ਦੱਸ ਰਿਹਾ। ਠੀਕ ਹੈ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਮੁਸਤਰਕਾ ਜ਼ਮੀਨ ਹੈ, ਅਸੀਂ ਬਾਈਯੋਗ ਬਣਾਈ ਹੈ, ਕਾਫੀ ਉੱਚੀ ਨੀਵੀਂ ਜ਼ਮੀਨ ਸੀ, ਨਦੀ ਵਹਿੰਦੀ ਸੀ, ਜਿਸ ਨੂੰ ਲੈ ਕੇ ਅੱਜ ਪਿੰਡ ਨਿਵਾਸੀ ਕਿਸਾਨ ਜਥੇਬੰਦੀਆਂ ਦੇ ਨਾਲ ਇਹ ਬੋਲੀ ਰੋਕਣ ਵਾਸਤੇ ਆਏ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਪਾਸੇ ਤਾਂ ਪੂਰਾ ਪਿੰਡ ਹੈ, ਨਾਲ ਤਹਿਸੀਲਦਾਰ ਸਾਹਿਬ ਵੀ ਆ ਰਹੇ ਨੇ, ਤਾਂ ਇਸ ਨੂੰ ਲੈ ਕੇ ਜਿਹੜੇ ਇੱਥੇ ਝੰਡੇ ਲੈ ਕੇ ਕਿਸਾਨ ਆਏ ਨੇ ਕਿ ਅਸੀਂ ਵਿਰੋਧ ਕਰਾਂਗੇ ਅਗਰ ਬੋਲੀ ਹੋਏਗੀ। ਤਹਿਸੀਲਦਾਰ ਸਾਹਿਬ ਵੀ ਤੁਹਾਨੂੰ ਦਿਖਾ ਦਿੰਦੇ ਤਸਵੀਰਾਂ, ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਮਹਿਕਮਾ ਪਹੁੰਚਿਆ ਹੋਇਆ, ਤਾਂ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪ੍ਰੋਟੈਕਸ਼ਨ ਲਈ ਹੋਈ ਹੈ, ਕਿਸ ਤਰੀਕੇ ਦਾ ਲਾਅ ਐਂਡ ਆਰਡਰ ਸਥਿਤੀ ਖਰਾਬ ਨਾ ਹੋਵੇ। ਭਾਵੇਂ ਦੱਸ ਦਿੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪਿੰਡ ਨਿਵਾਸੀਆਂ ਨੇ ਇਹ ਜਿਹੜਾ ਵਿਰੋਧ ਜਤਾਇਆ ਜਾ ਰਿਹਾ, ਤਾਂ ਇਹਨਾਂ ਵੱਲ ਦੱਸਿਆ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ ਅਸੀਂ ਬਾਹਰ ਰਹੇ ਹਾਂ, ਤਾਂ ਦੂਜੇ ਪਾਸੇ ਪੰਚਾਇਤੀ ਜ਼ਮੀਨ ਹੈ, ਬੁਰਜੀ ਜ਼ਮੀਨ ਹੈ, ਇੱਥੇ ਸਾਡੇ ਬਜ਼ੁਰਗਾਂ ਨੇ ਕਾਫੀ ਲੰਬਾ ਸਮਾਂ ਇਹਨਾਂ ਜ਼ਮੀਨਾਂ ਨੂੰ ਬਾਹਣ ਜੋਗ ਕੀਤਾ ਹੈ, ਨਦੀਆਂ ਨਾਲੇ ਵਹਿੰਦੇ ਸੀ, ਉਹਨਾਂ ਨੂੰ ਉਹਨਾਂ ਦਾ ਰਾਹ ਮੋੜਿਆ ਗਿਆ, ਤਾਂ ਉਸ ਕਰਕੇ ਇਹ ਜ਼ਮੀਨ ਜਿਹੜੀ ਅੱਜ ਬਾਹਣ ਜੋਗੀ ਹੋਈ ਹੈ। ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ, ਇੱਕ ਪਾਸੇ ਮਹਿਕਮੇ ਦੇ ਅਧਿਕਾਰੀ ਬੈਠੇ ਨੇ, ਪੁਲਿਸ ਪ੍ਰਸ਼ਾਸਨ ਬੈਠਿਆ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ। ਤਾਂ ਇਸ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਕਿ ਸਾਡੀ ਗੱਲ ਸੁਣ ਕੇ ਉਸ ਤੋਂ ਬਾਅਦ ਬੋਲੀ ਕਰਾਈ ਜਾਵੇ, ਨਹੀਂ ਤਾਂ ਅਸੀਂ ਕੋਰਟ ਰਾਹੀਂ ਜਿਹੜਾ ਕੇਸ ਚੱਲ ਰਿਹਾ ਉਸਦੇ ਮੁਤਾਬਕ ਅਸੀਂ ਜਵਾਬ ਦੇਵਾਂਗੇ। ਤਾਂ ਇਸ ਨੂੰ ਲੈ ਕੇ ਇਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਅਜੇ ਤੱਕ ਨੋਟਸ ਨਹੀਂ ਕੱਢਿਆ ਗਿਆ, ਕੋਈ ਪਿੰਡ ਨਿਵਾਸੀਆਂ ਨੂੰ ਇਸ਼ਤਿਹਾਰ ਰਾਹੀਂ ਜਾਣਕਾਰੀ ਨਹੀਂ ਦਿੱਤੀ ਗਈ।
जिहदे कारण कि सानू बोली का पता लग सके कि पिंड निवासियों के कुछ एक बंदियों तो पता लग्या कि इत्थे बोली हो रही है। उस तो बाद जाके पिंड निवासी इत्थे पहुँचे ने मौके पर। यह तस्वीर थोड़ा दिखाने जा रहे हैं पिंड कंसाला न्यू चंडीगढ़ की, जिथे कि पिछले दिन भी 92 एकड़ की जमीन का जिहड़ा काफ़ी हंगामा होया सी। दस दिंदे आ कि इत्थे किसी बल का नाम आया सी जो कनेडा दे विच बैठा सी, उन्हां वल्लों धमकियां भी दित्तियां गईयां सी इत्थों दे सरपंच नूं कि अगर बोली कराउंदे हो तां गोलियां नाल तुहानूं मार दित्ता जाएगा। पर उस तो बाद पुलिस प्रोटैक्शन भी उस सरपंच नूं मिलने की जिहड़ी गल आखी गई सी। तां इस नूं लै के तुसीं देखो कि गल्लबात करन दी कोशिश की जा रही है। वध तों वध खबर नूं शेयर करिओ। पिंड कंसाला दीआं तुहानूं लाइव तस्वीरां दिखा रहे हां जिथे कि पुलिस प्रशासन दे नाल मिल के जिहड़ा तुहानूं दस दिंदे आ कि बोली कराने की जिहड़ी कोशिश की जा रही है पर पिंड निवासियों वल्लों जिहड़ा यह विरोध जताया जा रहा है। इस नूं लै के लाइव तस्वीर थानू पिंड कंसाला की दिखा रहे हैं। देखो जी जिहड़े नूं कोई अखबार नूं पढ़दा ही ना होवे, जिहड़ा पिंड तक पहुँचदा ही ना होवे, इश्तिहारां वाली जिहड़ी गेम आ जी आपां बहुत सारे चंगी तरह जाणदे आ, उहो जे किसे अखबार च कढ़ाया जांदा जिहदा जिहड़ा लोकां तक पहुँचदा ही ना होवे। साडी देखो बेनती इन्नी आ जी, साडी गल नूं जिवें असीं अपनी दसी आ जी, साडा कोर्ट दा फैसला आ जांदा जी, थोड़े दिनां च आ जाणा जी। माहौल ऐसा खराब किया जा रहा है जी, कहिए कोई एकता नहीं बन रही, ਇਹਦੇ ਨਾਲ ਧੜੇਬੰਦੀ ਹੋ ਰਹੀ ਹੈ, ਲੜਾਈ ਝਗੜੇ ਵੱਧ ਰਹੇ ਨੇ। ਇਸ ਕਰਕੇ ਜੇ ਤੁਸੀਂ ਜ਼ਮੀਨਾਂ ਸਾਤੋਂ ਖੋਣੀਆਂ ਹੀ ਨੇ, ਤੁਸੀਂ ਐਜ ਪ੍ਰੋਸੀਜਰ ਤਾਂ ਖੋਲੋ ਸਾਡੇ ਤੋਂ। ਸਾਨੂੰ ਐਂ ਤਾਂ ਲੱਗੇ ਵੀ ਚਲੋ ਕੋਈ ਨਹੀਂ ਜੀ, ਜਾਇਜ਼ ਗੱਲ ਹੋਈ ਆ, ਆਹ ਤਾਂ ਜਮਾ ਹੀ ਨਜਾਇਜ਼ ਆ। ਕਿਸੇ ਮਾਲਕ ਨੂੰ ਕੋਈ ਨੋਟਿਸ ਨਹੀਂ ਹੈਗਾ ਜੀ, ਜਿਹੜਾ ਬਾਹਰ ਰਿਹਾ ਉਹਨੂੰ ਕੋਈ ਨੋਟਿਸ ਨਹੀਂ ਹੈਗਾ ਜੀ। ਆਇਆ ਪ੍ਰਸ਼ਾਸਨ ਅੱਜ ਬੋਲੀ ਆ ਜੀ, ਅਤੇ ਆਹ ਆਹ ਕੁਛ ਆ ਸਾਡੇ ਸਾਹਮਣੇ ਉਹਦੇ 'ਚ। ਦੇਖੋ ਹੁਣ ਦੇਖੋ ਨਹੀਂ ਅਸੀਂ ਇੱਦਾਂ 1 ਵੀਕ ਦਾ ਟਾਈਮ ਨਹੀਂ ਮੈਡਮ ਲੈਣਾ ਚਾਹੁੰਦੇ। ਦੇਖੋ ਸਾਡੀ ਬੇਨਤੀ ਨੂੰ ਸੁਣੋ, ਸਾਡਾ ਤੁਹਾਡੇ ਨਾਲ ਜੀ ਜਾਂ ਤੁਹਾਡਾ ਵਿਰੋਧ ਕਰਨ ਦਾ ਜਾਂ ਸਾਡਾ ਇਸ ਗੱਲ ਨੂੰ ਰੋਕਣ ਦਾ ਕੋਈ ਮਕਸਦ ਨਹੀਂ। ਸਾਡੀ ਸਿਰਫ ਬੇਨਤੀ ਇੰਨੀ ਆ ਕਿ ਸਾਨੂੰ ਸਾਡੀ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਸਾਡਾ ਕੋਰਟ ਦਾ ਫੈਸਲਾ ਜੀ ਡਿਨਾਈ ਪਿਆ ਉਹ ਆ ਜਾਣ ਦਿਓ ਜੀ। स्टे ਲਈ ਅਸੀਂ ਅਰਜੀ ਲਾਈ ਹੋਈ ਆ ਵੀ ਸਾਨੂੰ ਇਸ ਸਟੇ ਦਿੱਤੀ ਜਾ। देखो हाई कोर्ट दे काम तुहानू वी पता सी, थोड़े तों वध रहिंदे हाई कोर्ट दे ਇਹ ਕੋਈ ਨਹੀਂ ਕਹਿ ਸਕਦਾ ਵੀ 19 ਜੁਲਾਈ। ਆਪਾਂ ਜਾਇਜ਼ ਗੱਲ ਕਰੀਏ ਸਰ, ਸਹਿਮਤ ਆ ਅਸੀਂ ਤਾਂ ਦੇਖੋ ਜਾਇਜ਼ ਨਹੀਂ ਲਈ ਬੇਨਤੀ ਕਰ ਰਹੇ ਹਾਂ। ਜਾਇਜ਼ ਗੱਲ ਕਰੋ ਨਾ, ਫਿਰ ਦੇਖੋ 19 ਜੁਲਾਈ ਦੀ ਸਾਡੀ ਡੇਟ ਆ ਜੀ, ਛੁੱਟੀਆਂ ਪੈ ਗਈਆਂ ਕੋਰਟ 'ਚ, ਛੁੱਟੀਆਂ ਅਸਲ ਰਾਜ ਦੇ ਬੋਲੀ ਹੋਈ ਨਹੀਂ ਜਿੰਦਗੀ ਹੋਈ ਹੈ, ਤੁਹਾਨੂੰ ਰਿਟਰਨ ਹੀ ਚਾਹੀਦਾ ਨਾ, ਉਹਦੀ ਕਾਪੀ ਲਓ ਤੇ ਆਪਣਾ ਸਹੀ ਨਾ। ਐ ਜਮੀਨ ਦੀ ਕਦੇ ਬੋਲੀ ਹੋਈ ਹੋ ਨਹੀਂ ਹੈਗੀ ਯਾਰ, ਤੁਸੀਂ ਹੋਰ ਗੱਲ ਕਰ ਰਹੇ ਹੋ, ਇਹ ਹੋਰ ਗੱਲ ਕਰ, ਇੱਕੋ ਗੱਲ ਕਰ ਰਹੇ ਨਾ। ਨਹੀਂ ਨਹੀਂ ਗੱਲ ਉਹ ਵੀ ਬਾਈ ਜੀ ਇਹੀ ਕਰ ਰਹੇ ਨੇ, ਕੋਈ ਉਹ ਵੱਖਰੀ ਗੱਲ ਨਹੀਂ ਕਰ ਰਹੇ, ਉਹ ਵੀ ਇਸੇ ਗੱਲ ਨਾਲ ਰਲਦੀ ਗੱਲ ਕਰ ਰਹੇ ਨੇ। ਸਾਡੀ ਬੇਨਤੀ ਨੂੰ ਸਮਝੋ ਜੀ, ਧੱਕਾ ਨਾ ਕਰਾਇਆ ਜਾਵੇ ਮੈਡਮ ਸਾਡੇ ਨਾਲ। ਮੰਨਦੇ ਹਾਂ ਜੀ ਕਿ ਸਰਕਾਰ ਨੇ ਮੁਹਿੰਮ ਚ ਜਿਨ੍ਹਾਂ ਕੋਲੇ ਨਜਾਇਜ਼ ਜ਼ਮੀਨਾਂ ਹੈਗੀਆਂ ਨੇ ਉਹਨਾਂ ਤੋਂ ਖੋਈਆਂ ਜਾਣ, ਪਰ ਜਿਹੜੇ ਲੋਕਾਂ ਨੇ ਜ਼ਮੀਨਾਂ ਮਰ ਕੇ ਖੱਪ ਕੇ ਆਬਾਦ ਕੀਤੀਆਂ ਜੀ, ਉਹਨਾਂ ਨੂੰ ਮਾੜਾ ਮੋਟਾ। ਅੱਛਾ ਫਿਰ ਇਹ ਪੰਚਾਇਤ ਦੇ ਦਾਇਰੇ 'ਚ ਜ਼ਮੀਨ ਆਉਂਦੀ ਵੀ ਹੈ ਨਹੀਂ ਜੀ? ਅੱਛਾ ਨਾ ਮੈਂ ਖਿੱਲੇ ਕੋਈ ਗੱਲ ਨਹੀਂ। ਇਸ ਕਰਕੇ ਸਾਡੀ ਅਸੀਂ ਕੋਈ ਇਹ ਨਹੀਂ ਕਿ ਅਸੀਂ ਤੁਹਾਡਾ ਸਮਾਂ ਖਰਾਬ ਕਰਨਾ ਚਾਹੁੰਦੇ ਹਾਂ, ਤੁਸੀਂ ਸੋਚ ਕੇ ਦੇਖੋ ਜੀ ਗੱਲ ਨੂੰ। ਇੱਕ ਬੰਦੇ ਦੀ ਦਾਦਿਆਂ ਪੜਦਾਦਿਆਂ ਤੋਂ ਜ਼ਮੀਨ ਨੂੰ ਅਸੀਂ ਵਾਹੁੰਦੇ ਆ ਰਹੇ ਹਾਂ, ਬੀਜਦੇ ਆ ਰਹੇ ਹਾਂ, ਉਹਨੂੰ ਆਬਾਦ ਕੀਤਾ, ਤੇ ਇੱਕ ਮਿੰਟ 'ਚ ਸਰਕਾਰ ਕਹਿੰਦੀ ਹੈ ਤੁਹਾਡੀ ਨਹੀਂ ਸਾਡੀ ਹੈ। ਇਸ਼ਤਿਹਾਰ ਦਾ
जो बिलकुल बहुत वाजिब गल की असि इस गल सहमत भी हैं बी सानू चलो समा मिले सानू ये होगा कि चलो प्रशासन ने सानू समा दिता नहीं मैडम कह रही है ना हफ्ते का टाइम सर हफ्ते च तुसी हफ्ते च ता सेम है पोजीशन है महीना ता करो मैडम 19 जुलाई तक अपनी यही पोजीशन रहनी है ता साल बाद भी नहीं 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 मैं दस दूं तुहानू मिलनी है ता तुहानू मैं दस दिना अच्छा कल कढूंगा सर थोड़े साडी देखो 19 जुलाई 19 जुलाई दे दे 19 जुलाई तो बाद कल कढूंगा तां जिहड़ी अज्ज पिंड कंसाला दे विच बोली सी कैंसल हो गई है इसनूं लैके बीडीपीओ मैडम साडे नाल उहनां नाल गलबात करदे आं क्योंकि जिहड़ी बोली रखी गई सी कैंसल क्यों हुई है तां मैम जिहड़ी अज्ज बोली रखी हुई सी कैंसल दा कारण की बणिआ अज असीं इत्थे बोली करन आए सीगे कंसाला दी जिहड़ी वी जमीन दा कब्जा लिया सी नजायज़ कब्जे अधीन जिहड़ी जमीन सीगी बट इत्थे कोई बोली देण आया नहीं बंदा चकोतेदार कोई भी नहीं हैगा इस करके सानूं जिहड़ी इह नैक्सट डेट रखनी पै रही है असीं दा कहना कि साडा हाई कोर्ट केस चलदा है मस्तरका जमीन साडी असीं बाई योग बनाई साडे बजुर्गां ने पर उसदे बावजूद साडे नाल प्रशासन ते सरकार धक्का कर रही है नहीं ऑलरेडी कोर्ट च केस हैगा इहनां नूं एम्पल ओपरचुनिटी असीं पहलां भी दे चुके हां हुण भी दे रहे हां जे कोर्ट स्टे कर दिंदी है तो सानू कोई इतराज़ नहीं है फिर असी रुक जाएंगे उत्थे ही बट जदों तक स्टे ऑर्डर नहीं है उदों तक सानू एज पर लॉ जो प्रोसीजर बनता है सानू करना पएगा किन्ने के पिंड वालों को जिहड़ी जमीन तुसी दस रहे हो कि पंचायती जमीन है कि कब्जा किया हुआ किन्ने के लोगों ओ डेटा मैं थोनू उन्हें दस दी थोड़ी देर दूजा जिहड़े जिन्हें जिन्हें लोगों ने कब्जा किया हुआ सी तुसी कह रहे हो तो उन्होंने कोई नोट्स या अखबार के इश्तहार दिता गया जी असी प्रॉपर न्यूज़पेपर विच इश्तहार दिता होया है 11 तरीक का न्यूज़पेपर है ओदी कटिंग भी असी थोनू प्रोवाइड कर देंगे तो प्रॉपर प्रोसीजर फॉलो करके ही असी बोली करवा रहे हैं ठीक है बिल्कुल देख सकते हो कि सन बीडीपीओ मैडम तो डीएसपी साहब नाल भी गलबात करते हैं क्योंकि जी अज्ज बोली रखी गई सी ਤਾਂ ਕੈਂਸਲ ਹੋਣ ਦਾ ਕਾਰਨ ਕੀ ਬਣਿਆ ਸਰ ਜਿਹੜੀ ਅੱਜ ਬੋਲੀ ਰੱਖੀ ਗਈ ਸੀ ਪਿੰਡ ਕੰਸਾਲਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਸੀ ਕੈਂਸਲ ਹੋਣ ਦਾ ਕਾਰਨ ਕੀ ਬਣਿਆ ਕਾਰਨ ਜਿਹੜਾ ਮੁੱਖ ਹੈਗਾ ਉਹ ਹੈਗਾ ਵੀ ਕੋਈ ਬੋਲੀ ਦੇਣ ਨਹੀਂ ਆਇਆ ਹੈਗਾ ਇੱਥੇ ਇਸ ਕਰਕੇ ਇਹ ਰੱਦ ਕੀਤੀ ਗਈ ਹੈ ਮੁਲਤਵੀ ਕੀਤੀ ਗਈ ਠੀਕ ਹੈ ਜੀ ਅੱਗੇ ਕੋਈ ਡੇਟ ਦਿੱਤੀ ਗਈ ਹੈ ਕਿ ਨਹੀਂ ਐਜ਼ ਪਰ ਮੈਡਮ ਬੀਡੀਪੀਓ ਜੋ ਮੈਕਸੀਮਮ ਟਾਈਮ ਹੈਗਾ ਉਹ ਦਿੱਤਾ ਜਾਊਗਾ ਅਤੇ ਅਖਬਾਰ 'ਚ ਕਢਾ ਕੇ ਇਹਨਾਂ ਨੂੰ ਨੋਟਿਸ ਵੀ ਦਿੱਤਾ ਜਾਊਗਾ ਤਾਂ ਕਿ ਆਪਣਾ ਵੀ ਪਿੰਡ ਨਿਵਾਸੀ ਵੀ ਨਾ ਇੱਥੇ ਆਏ ਸੀ ਝੰਡੇ ਚੱਕ ਕੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪ੍ਰਸ਼ਾਸਨ ਧੱਕਾ ਕਰ ਰਿਹਾ ਦੂਜੇ ਪਾਸੇ ਸਰਕਾਰ ਧੱਕਾ ਕਰ ਰਹੀ ਹੈ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਨਹੀਂ ਉਹਨਾਂ ਨੂੰ ਇਹੀ ਸਪੈਸੀਫਾਈ ਕੀਤਾ ਵੀ ਤੁਹਾਨੂੰ ਪੂਰਾ ਟਾਈਮ ਦਿੱਤਾ ਜਾਊਗਾ ਤੁਸੀਂ ਕੋਰਟ 'ਚ ਆਪਣੀ ਚਾਰਾਜੋਈ ਕਰ ਲਓ ਜਾ ਕੇ ਜੋ ਕਰ ਸਕਦੇ ਹੋ ਲੀਗਲ ਤੌਰ 'ਤੇ ਕਰੋ ਕਿਨੂੰ ਉਹਨੂੰ ਹੱਥ 'ਚ ਨਹੀਂ ਲੈਣਾ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਡੀਐਸਪੀ ਅਮਰਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਾਨੂੰਨ ਨੂੰ ਹੱਥ 'ਚ ਵਿੱਚ ਨਹੀਂ ਲੈਣ ਦੇਵਾਂਗੇ ਦੂਜੇ ਪਾਸੇ ਜਿਹੜੀ ਅੱਜ ਪਿੰਡ ਕਸਾਲਾ ਦੇ ਵਿੱਚ ਬੋਲੀ ਸੀ ਉਹ ਕੈਂਸਲ ਹੋਈ ਹੈ ਤਾਂ ਦੱਸਿਆ ਜਾ ਰਿਹਾ ਕੋਈ ਬੋਲੀ ਦੇਣ ਨਹੀਂ ਆਇਆ ਸੀ ਦੂਜੇ ਪਾਸੇ ਪਿੰਡ ਨਿਵਾਸੀ ਵਿਰੋਧ ਵਿੱਚ ਆ ਗਏ ਸੀ ਬੋਲੀ ਦੇ ਕਿ ਅਸੀਂ ਪਿੰਡ ਦੇ ਵਿੱਚ ਬੋਲੀ ਨਹੀਂ ਹੋਣ ਦੇਣੀ ਕਿ ਮੁਸਤਰਕਾ ਜ਼ਮੀਨ ਹੈ ਕਾਫੀ ਲੰਬੇ ਸਮੇਂ ਤੋਂ ਅਸੀਂ ਬਾਈ ਯੋਗ ਜ਼ਮੀਨਾਂ ਇਹਨਾਂ ਨੂੰ ਬਣਾਇਆ ਹੈ ਸਾਡੇ ਬਜ਼ੁਰਗਾਂ ਨੇ ਤਾਂ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹਦੇ ਨਾਲ ਕਿ ਹਰ ਇਨਸਾਨ ਤੱਕ ਖਬਰ ਪਹੁੰਚ ਸਕੇ ਕਿਉਂਕਿ ਅੱਜ ਜਿਹੜੀ ਬੋਲੀ ਪਿੰਡ ਕੰਸਾਲਾ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਇੱਥੇ 92 ਏਕੜ ਦੇ ਕਰੀਬ ਜਿਹੜੀ ਜ਼ਮੀਨ ਦੇ ਉੱਤੋਂ ਕਬਜ਼ਾ ਛੁਡਵਾਉਣ ਦੀ ਜਿਹੜੀ ਗੱਲ ਆਖੀ ਗਈ ਸੀ ਪ੍ਰਸ਼ਾਸਨ ਵੀ ਆਇਆ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਅਨਮੋਲਗਨ ਮਾਨ ਜਿਹੜੇ ਆ ਅਤੇ ਨਾਲ ਪਿੰਡ ਨਿਵਾਸੀ ਜਿਹੜੇ ਪਹੁੰਚੇ ਹੋਏ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਬੋਲੀ ਦੱਸਿਆ ਜਾ ਰਿਹਾ ਕੈਂਸਲ ਹੋ ਗਈ ਤਾਂ ਹੁਣ ਜਿਹੜਾ ਮਹਿਕਮਾ ਕਹਿ ਰਿਹਾ ਕਿ ਬੋਲੀ ਦੇਣ ਕੋਈ ਆਇਆ ਨਹੀਂ ਸੀ ਪਰ ਤੁਸੀਂ ਵਿਰੋਧ 'ਚ ਆਏ ਸੀ ਦੇਖੋ ਜੀ ਅਸੀਂ ਇਸ ਗੱਲ ਦਾ ਵਿਰੋਧ ਪਹਿਲਾਂ ਵੀ ਕੀਤਾ ਅਤੇ ਦੁਬਾਰਾ ਫਿਰ ਵੀ ਕਰਾਂਗੇ ਜੇ ਕਿਸੇ ਵੀ ਕਿਸਾਨ ਭਰਾ ਨਾਲ ਸਾਡੇ ਨਾਲ ਧੱਕਾ ਹੋਊਗਾ ਤਾਂ ਅਸੀਂ ਉਹਨੂੰ ਰੋਕਾਂਗੇ ਅੱਜ ਅਸੀਂ ਪ੍ਰਸ਼ਾਸਨ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਇਹ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਸਾਡੀ ਗੱਲ ਨੂੰ ਸੁਣਨ ਦਾ ਮੌਕਾ ਲਿਆ ਜਾਵੇ ਅਤੇ ਜਿੰਨਾ ਚਿਰ ਸਾਡਾ ਕੋਰਟ 'ਚ ਮੈਟਰ ਚੱਲ ਰਿਹਾ ਅਤੇ ਸਾਨੂੰ ਕੋਰਟ ਦਾ ਆਰਡਰ ਆਉਣ ਤੱਕ ਦਾ ਸਮਾਂ ਦਿੱਤਾ ਜਾਵੇ ਸਾਡੀ ਇਹ ਗੱਲ ਨੂੰ ਮੰਨ ਕੇ ਪ੍ਰਸ਼ਾਸਨ ਨੇ ਇਹਨੂੰ ਸਾਨੂੰ ਸਮਾਂ ਦਿੱਤਾ ਅੱਗੇ ਵਾਲਾ ਵੀ ਤੁਹਾਡਾ ਜੋ ਵੀ ਫੈਸਲਾ ਆਉਂਦਾ ਉਸ ਤੋਂ ਅਸੀਂ ਬਾਅਦ ਇਹ ਗੱਲ ਕਰਾਂਗੇ ਇਸ ਕਰਕੇ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਸੁਣਿਆ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆਏ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਸ਼ਾਸਨ ਜਿਹੜੀ ਅਪੀਲ ਕੀਤੀ ਸੀ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਅਪੀਲ ਮੰਨੀ ਵੀ ਹੈ ਤਾਂ ਜਿਹੜੀ ਇਹ ਬੋਲੀ ਹੈ ਮੁਲਤਵੀ ਕੀਤੀ ਹੈ ਤਾਂ ਅਗਲੀ ਡੇਟ ਹੁਣ ਕੀ ਪੈਂਦੀ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਪਿੰਡ ਕੰਸਾਲਾ ਦੀ ਇਹ ਮੁਸਤਰਕਾ ਜ਼ਮੀਨ ਸੀ ਪਰ ਪੰਚਾਇਤੀ ਜ਼ਮੀਨ ਬਣਾਈ ਜਾ ਰਹੀ ਹੈ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਪੰਚਾਇਤੀ ਜ਼ਮੀਨ ਹੈ ਇਸ ਨੂੰ ਲੈ ਕੇ ਵਿਵਾਦ ਜਿਹੜਾ ਇੱਥੇ ਭੱਗ ਗਿਆ ਸੀ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਪਿੰਡ ਨਿਵਾਸੀ ਪਹੁੰਚੇ ਸੀ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਾਡੇ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਨਾਲ ਮਹਿਕਮੇ ਦੇ ਅਧਿਕਾਰੀਆਂ ਨੇ ਬੜੇ ਨਿਮਰਤਾ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਇਹ ਜਿਹੜੀ ਬੋਲੀ ਮੁਲਤਵੀ ਕੀਤੀ ਹੈ ਤਾਂ ਹੁਣ ਦੇਖਦੇ ਹਾਂ ਕਿ ਪਿੰਡ ਕੰਸਾਲਾ ਦੀ ਜਿਹੜੀ ਇਹ ਬੋਲੀ ਹੈ ਹੁਣ ਕਦੋਂ ਹੁੰਦੀ ਹੈ
जी कोर्ट के चल रहा पिंड निवासियों का पिंड वालों के पास हों फिर पंचायत अफसर जो सरकार के हक के आता है। थोड़े कैमरामैन सुमित हरतेज सिंह तेजी एच एन वन न्यूज़ चंडीगढ़।